Hello, hello. Hello, hello. Shot, bhai. Shot, shot, shot. Ek bhai minute nahi phaila hon bada koi gal nahi. Hello. Shot raha. Kulwinder Lawadri wala entry counter te pahuncha ji Kulwinder Lawadri wala. ਇੱਕ ਦਰਸ਼ਕ ਵੀਰਾਂ ਨੂੰ ਬੇਨਤੀ ਆ ਕਿ ਜਾਲ ਨਾਲ ਧੱਕਾ ਨਾ ਕਰੋ ਜਾਲ ਤੋਂ ਥੋੜਾ ਜਿਹਾ ਪਿੱਛੇ ਹਟ ਕੇ ਵੀਰ ਬਣ ਕੇ ਇੰਨਾ ਵਧੀਆ ਸਿਆਣਪ ਦਾ ਸਲੂਕ ਹੈ ਤੁਸੀਂ ਹਾਂਜੀ ਗੁਰਦੀਪ ਰਾਏ ਸਰੀਆ ਕਿਰਪਾ ਕਰਕੇ ਬਾਈ ਜੀ ਆਪਣੀ ਗੱਡੀ ਕੋਲੇ ਪਹੁੰਚ ਕੇ ਜਾਂ ਸਟੇਜ ਕੋਲੇ ਪਹੁੰਚੇ ਗੁਰਦੀਪ ਰਾਏ ਸਰੀਆ ਉਹਦੇ ਸੱਜਣ ਉਹਦਾ ਇੰਤਜ਼ਾਰ ਕਰ ਰਹੇ ਹੈ ਗੁਰਦੀਪ ਰਾਏ ਸਰੀ ਆਪਣੀ ਗੱਡੀ ਕੋਲੇ ਜਾਂ ਸਟੇਜ ਦੇ ਕੋਲੇ ਪਹੁੰਚੋ ਸੁਖਦੇਵ ਭਾਈ ਸ਼ੀਰਾ ਸ਼ੀਰਾ ਭਾਈ ਰੂਪਾ ਭਲਵਾਨ ਜੀ ਸ਼ੀਰੇ ਸ਼ੀਰੇ ਭਾਈ ਰੂਪਾ ਸ਼ੀਰੇ ਸ਼ੀਰੇ ਨਾ ਬੇਰਾ ਚੇਕਾ ਨਾ ਮਾਰੋ ਤੁਹਾਡੀ ਖਾਤਰ ਹੀ ਸਾਰਾ ਪ੍ਰਬੰਧ ਕੀਤਾ ਗਿਆ ਮੈਚ ਦਿਖਾਵਾਂਗੇ ਉਸ ਤਰ੍ਹਾਂ ਹੀ ਬੇਸੰਸ ਰਹੋ ਦੋ ਚਾਰ ਮਿੰਟ ਲੱਗ ਹੀ ਜਾਂਦੇ ਆ ਕਿਉਂਕਿ ਦੋ ਟੀਮਾਂ ਦੋਨੇ ਅੜੀਆਂ ਹੋਇਆ ਫੈਸਲੇ ਦੇ ਉੱਤੇ ਕੋਈ ਫੈਸਲਾ ਬੇਨਤੀ ਹੈ ਕਿ ਕੋਆਪਰੇਟ ਕਰੋ ਤਾਂ ਮੈਚ ਚਲਾਈਏ ਆਪਾਂ ਬੜੇ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਹੋ ਬਾਈ ਤੁਸੀਂ ਥੋੜ੍ਹਾ ਜਿਹਾ ਤੁਸੀਂ ਵੀ ਧਿਆਨ ਰੱਖੋ ਵੀ ਅੰਪਾਇਰ ਕੀ ਹੁੰਦਾ ਰੈਫਰੀ ਕੀ ਹੁੰਦਾ ਉਹਨਾਂ ਦੀ ਇੱਜ਼ਤ ਨੂੰ ਮੁੱਖ ਰੱਖਦੇ ਹੋਏ ਤੁਸੀਂ ਫੈਸਲਾ ਕਰਵਾਓ ਰਲ ਕੇ ਤੇਜੀ ਕਲਿਆਣ ਤੇਜੀ ਕਲਿਆਣ ਵਾਲਾ ਗਰਾਊਂਡ ਵਿੱਚ ਆਵੇ ਵੀ ਤੇਜੀ ਕਲਿਆਣ ਵਾਲਾ ਤੇਜੀ ਅਸ਼ਰਫ ਯਾਦ ਕਰਦਾ ਹੈ ਸਾਡੇ ਕਬੱਡੀ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਕਬੱਡੀ ਨੂੰ ਪਿਆਰ ਕਰਦੇ ਹੋ ਤਾਂ ਇਹਨੂੰ ਖਰਾਬ ਨਾ ਕਰੋ ਕਿਰਪਾ ਕਰਕੇ ਮੈਚ ਚਲਾਓ ਜਿਹੜੇ ਸਾਡੇ ਕੋਲ ਇੰਟਰਨੈਸ਼ਨਲ ਖਿਡਾਰੀ ਪਹੁੰਚੇ ਹੈ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਇਹਨਾਂ ਨੂੰ ਦੱਸੋ ਫੈਸਲਾ ਕੀ ਹੈ ਤੁਸੀਂ ਫੈਸਲਾ ਕਰਵਾਓ ਆਪਣੇ ਕੋਲ ਇੰਨੇ ਇੰਟਰਨੈਸ਼ਨਲ ਖਿਡਾਰੀ ਪਹੁੰਚੇ ਹੈ ਉਹਨਾਂ ਦੀ ਸੇਵਾ ਲਓ ਉਹਨਾਂ ਨੂੰ ਸਾਰੇ ਮੰਨਣਗੇ ਕਿਉਂਕਿ ਉਹਨਾਂ ਨੂੰ ਉਸਤਾਦ ਬਣਦੇ ਹੈ ਸਾਰੇ ਕਿਸੇ ਦੱਸ ਹੈਲੋ ਬਾਈ ਜੀ ਇੱਕ ਬੇਨਤੀ ਹੈ ਦੋਨੋਂ ਟੀਮਾਂ ਦੇ ਖਿਡਾਰੀ ਸਾਹਿਬਾਨ ਨੋਟ ਕਰ ਲੈਣ ਜੀ ਸਾਡੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾ ਕੇ ਕਹਿੰਦੇ 365 ਵਾਲਿਆਂ ਦੀ ਲਾਈਵ ਵਾਲਿਆਂ ਦੀ ਗੱਡੀ 'ਚ ਜਾ ਕੇ ਵੇਖ ਕੇ ਆਏ ਹੈ ਵੀ ਉਹ ਪੁਆਇੰਟ ਦਾ ਰੌਲਾ ਕੀ ਸੀ ਉਹ ਜਦੋਂ ਹੱਥ ਲੱਗਣ ਲੱਗਾ ਹੈ ਹੂਟਰ ਜਿਹੜਾ ਹੈ ਪਹਿਲਾਂ ਵੱਜ ਗਿਆ ਪੁਆਇੰਟ ਜੰਗੀ ਆਣੇ ਦਾ ਜੀ ਪੁਆਇੰਟ ਜੰਗੀ ਆਣੇ ਦੀ ਟੀਮ ਨੂੰ ਦਿੱਤਾ ਗਿਆ ਹੈ ਠੀਕ ਹੈ ਤੇ ਦੋਨੇ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਹੈ ਕਿ ਫੈਸਲੇ ਨੂੰ ਅੰਤਮ ਮੰਨਦੇ ਹੋਏ ਮੈਚ ਸਟਾਰਟ ਕੀਤਾ ਜਾਵੇ ਮੈਚ ਕਰਵਾ ਦਿਓ ਜੀ ਸਟਾਰਟ ਤੇ ਗਰਾਊਂਡ ਕਲੀਅਰ ਕਰ ਦਿਓ ਭਾਈ ਯਾਰ ਮੁਲਾਜ਼ਮ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਤਾਂ ਬਾਉਂਡਰੀ ਦੇ ਗੇੜਾ ਦੇਵੇ ਜਾਲ ਤੇ ਜਿੰਨੇ ਵੀ ਮੇਰੇ ਵੀਰ ਖੜੇ ਆ ਥੋੜ੍ਹਾ ਉਹਨਾਂ ਨੂੰ ਪਿੱਛੇ ਹਟਾਓ ਜੀ ਤੇ ਦੂਜੇ ਜੋ ਵੀ ਵਾਧੂ ਬਿਨਾਂ ਕਮੇਟੀ ਤੋਂ ਬੰਦੇ ਗਰਾਊਂਡ ਦੇ ਵਿੱਚ ਖੜੇ ਆ ਉਹਨਾਂ ਨੂੰ ਬੇਨਤੀ ਹੈ ਗਰਾਊਂਡ ਖਾਲੀ ਕਰ ਦਿਓ ਜੀ ਠੀਕ ਹੈ ਜੀ ਬਹੁਤ ਸੋਹਣਾ ਫੈਸਲੇ ਨੂੰ ਇਹੋ ਜਿਹੇ ਨੂੰ ਵੇਖਣ ਵਾਸਤੇ ਰੀਕ ਮੈਚ ਕਰਾਉਣਾ ਹੀ ਪੈਂਦਾ ਕਿਉਂਕਿ ਬਾਹਰ ਵੀ ਸਾਰੇ ਬੇਨਤੀ ਹੈ ਮੇਰੀ ਕਿਰਪਾ ਕਰਕੇ ਇੱਕ ਤਾਂ ਗਰਾਊਂਡ ਕਲੀਅਰ ਕਰ ਦਿਓ ਚਾਹੇ ਕਮੇਟੀ ਵਾਲੇ ਸੱਜਣ ਵੀ ਕਿਰਪਾ ਕਰਕੇ ਗਰਾਊਂਡ ਕਲੀਅਰ ਕਰ ਦਿਓ ਜਿਹੜੇ ਵੀਰ ਦੀ ਡਿਊਟੀ ਨਹੀਂ ਖੇਡ ਮੈਦਾਨ ਦੇ ਵਿੱਚ ਕਿਰਪਾ ਕਰਕੇ ਜਿਹੜਾ ਗਰਾਊਂਡ ਕਲੀਅਰ ਕਰ ਦਿਓ ਕਰਾਓ ਜੀ ਮੈਚ ਸਟਾਰਟ ਜਲਦੀ ਦੇ ਨਾਲ ਗਰਾਊਂਡ ਕਲੀਅਰ ਕਰੋ ਤੇ ਦੂਜੀ ਹੱਥ ਬਣ ਕੇ ਬੇਨਤੀ ਹੈ ਬਟ ਟਾਈਮ ਸਾਰਿਆਂ ਨੇ ਪਤਾ ਕਿਹੋ ਜਿਹਾ ਹੋਇਆ ਉਹੋ ਜਿਹੇ ਬੰਦੇ ਨਾ ਹੀ ਆਉਣ ਤਾਂ ਵਧੀਆ ਯਾਰ ਸਿੱਧੀ ਜੀ ਗੱਲ ਹੈ ਪੀਤੀ ਆਪੋ ਆਪਣੀ ਖੜੀ ਸਾਡੇ ਤੇ ਕਰਦੇ ਆ ਹਾਂ ਦੇਖੋ ਸਾਰਾ ਮੈਚ ਸਟਾਰਟ ਮੇਰੀ ਹੱਥ ਬਣ ਕੇ ਬੇਨਤੀ ਹੈ ਦੋਨੇ ਟੀਮਾਂ ਦੇ ਪਲੇਅਰਾਂ ਨੂੰ ਸਾਰੇ ਵਧੀਆ ਪਲੇਅਰ ਆ ਯਾਰ ਡੇਲੀ ਆਪਾਂ ਸਾਰੇ ਮਿਲਦੇ ਆ ਮੈਚਾਂ ਤੇ ਭਰਾ ਮੇਰੇ ਪ੍ਰਬੰਧਕ ਕਮੇਟੀ ਦਾ ਪਹਿਲਾ ਟੂਰਨਾਮੈਂਟ ਹੈ ਵੀਰ ਮੇਰੇ ਸਾਥ ਦਿਓ ਯਾਰ ਹਾਂ ਰੈਫਰੀ ਸਾਹਿਬਾਨ ਬਾਈ ਜੀ ਦੱਸੋ ਜੀ ਕਿਹੜੀ ਟੀਮ ਦੀ ਕਬੱਡੀ ਹੈ ਪੁਆਓ ਕਬੱਡੀ ਕਰਾਓ ਸੀਰੇ
ਪ੍ਰਧਾਨ ਜੀ ਤਲਵਿੰਦਰ ਤੁਹਾਨੂੰ ਕਬੱਡੀ ਸੀਨੇ ਤੁਹਾਨੂੰ ਪ੍ਰਧਾਨ ਕਬੱਡੀ ਆ ਹਾਂਜੀ ਮੈਂ ਸਟਾਰਟ ਦੀਪੇ ਨੇ ਜਾਂ ਤਲਵਿੰਦਰ ਨੇ ਕਿਹਨੇ ਕਬੱਡੀ ਪਾਉਣੀ ਹੈ ਇਹ ਲੋਕ ਕਹਿ ਰਹੇ ਨੇ ਠੀਕ ਹੈ ਜੀ ਲਾ ਦੋ ਬਾਈ ਸੈਟੇਅਰ ਰੋਕ ਲਈ ਇੱਕ ਮਿੰਟ ਸੀਨੇ ਲਾ ਦੋ ਬਾਈ ਸੈਟੇਅਰ ਠੀਕ ਹੈ ਬਿਲਕੁਲ ਸਟਾਰਟ ਯਾਰ ਭਾਈ ਤਾਂ ਵੀ ਟੀਮ ਦੇ ਨਾਂ ਤੇ ਤਾੜੀ ਮਾਰ ਦਿਓ ਯਾਰ ਬਹੁਤ ਬਹੁਤ ਧੰਨਵਾਦ ਜੀ ਗਰਾਊਂਡ ਕਲੀਅਰ ਕਰ ਦਿਓ ਜੀ ਗਰਾਊਂਡ ਕਲੀਅਰ ਭਾਈ ਜੀ ਕਮੇਟੀ ਵਾਲੇ ਸੱਜਣ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਗਰਾਊਂਡ ਚੋਂ ਬਾਹਰ ਓ ਬੱਲੇ ਓ ਵੇਖੋ ਓਏ ਜਵਾਨਾ ਓ ਜੀਨੂ ਦਿਆਲਪੁਰੇ ਦਾ ਕਬੱਡੀ ਟੂਰਨਾਮੈਂਟ ਮੇਰੇ ਪੰਜਾਬੀ ਵੀਰੇ ਹੋ ਦਿਆਲਪੁਰੇ ਦਾ ਕਬੱਡੀ ਟੂਰਨਾਮੈਂਟ ਦਿਆਲਪੁਰੇ ਮਿਰਜੇ ਕੇ ਦਾ ਕਬੱਡੀ ਟੂਰਨਾਮੈਂਟ ਹੈ ਉਹ ਚੰਗੀ ਆਣੀਆਂ ਤੇ ਦੀਪਾ 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 ਤੇ ਹੱਥ ਨਾ ਗੰਭਰੂ ਆਵਾ ਮੈਂ ਰੇਸ਼ਮੀ ਰੁਮਾਲ ਵਰਗੀ ਮੁੰਡਾ ਹੱਥਾਂ ਚੋਂ ਨਿਕਲਿਆ ਇਹ ਕਬੱਡੀ ਚ ਯੋਧੇ ਜੂਦੇ ਹੈ ਤੇ ਚੱਲ ਵੀ ਜਵਾਨਾ ਉਹ ਆ ਸਖਮੰਦਰ ਸਿੰਘ ਨੌਜਵਾਨ ਕਬੱਡੀ ਪਾ ਰਿਹਾ ਤੇ ਹੁਣ ਵੇਖਣਾ ਕਿਹੜਾ ਜਾਫੀ ਉਧਰ ਕੋਟਲੀ ਵਾਲਾ ਜੀਤ ਹੈ ਤੇ ਸਾਹਮਣੇ ਦੇਖੋ ਵੇਖਦੇ ਆ ਕੰਤਾ 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 ਆ ਵੇਖੋ ਉਹ ਜੇ ਆਏ ਟੂਰਨਾਮੈਂਟ ਦਾ ਨਜ਼ਾਰਾ ਆ ਕਮੇਟੀ ਦੇ ਨਾਂ ਤੇ ਤਾਰੀ ਅਕੈਡਮੀ ਦਵਿੰਦਰ ਸੁਖਦੇਵ ਸਿੰਘ ਜੀ ਪ੍ਰਧਾਨ ਜਾਫੀ ਦੇ ਲਈ ਸ਼ੀਰਤ ਲਈ 500 ਦੇ ਵੱਡੇ ਮਾਣ ਭੇਜਦੇ ਹੈ ਔਰ 100 ਰੁਪਏ ਦੇ ਮਾਣ ਜਿਹੜੇ ਪਾਖ ਸਿੰਘ ਜੀ ਪੰਚ ਉਹਨਾਂ ਦੇ ਵੱਲੋਂ ਪੂਜੇ ਕੀਤੇ ਗਏ ਬਹੁਤ ਬਹੁਤ ਧੰਨਵਾਦ ਹੈ ਨਾਲ ਇੱਕ ਪਾਸੇ ਕਹਿੰਦੇ ਗੁਰਜੀਤ ਸਿੰਘ ਵੱਟਾ ਉਹ ਜੇਕਰ ਮੈਂ 500 ਮਾਰ ਕਬੱਡੀ ਟੂਰਨਾਮੈਂਟ ਮੇਰੀ ਪੰਜਾਬੀ ਰਾਜੂ ਜੈਲ ਵੱਲੋਂ ਗੁਰਪ੍ਰੀਤ ਨੂੰ ਜਿੰਨੇ ਜੱਫੇ ਲਾਊਗਾ 100-100 ਰੁਪਇਆ ਇਨਾਮ ਇਧਰ ਕਹਿੰਦੇ ਪਹਿਲਾ ਕਬੱਡੀ ਦਾ ਟੂਰਨਾਮੈਂਟ ਹੈ ਸੁਖਦੇਵ ਸਿੰਘ ਦੇ ਪ੍ਰਧਾਨ ਹੋਰਾਂ ਨੂੰ ਮੁਬਾਰਕਬਾਦ ਹੈ ਤੇ ਨਾਲ ਜਿੰਨੇ ਵੀ ਸਾਡੇ ਭਰਾ ਇਹਨਾਂ ਕਲੱਬ ਵਾਲੇ ਸਾਰੇ ਕਲੱਬ ਵਾਲੇ ਭਰਾਵਾਂ ਨੂੰ ਮੁਬਾਰਕਬਾਦ ਹੈ ਲਓ ਇਧਰ ਕਹਿੰਦੇ ਪਹਿਲਾ ਕਬੱਡੀ ਦਾ ਟੂਰਨਾਮੈਂਟ ਹੈ ਤੇ ਦੁਨੀਆ ਭਰ ਦੇ ਵਿੱਚ ਗੱਲਾਂ ਹੋਈਆਂ ਵੀ ਦਿਆਲਪੁਰੇ ਮਿਰਜੇ ਕੇ ਦੇ ਵਿੱਚ ਅੱਜ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਚੱਲ ਰਹੀ ਸਾਡੀ ਹਾਂਜੀ ਦੱਸੋ ਜੀ ਰੈਫਰੀ ਸਾਹਿਬ ਹੋਰ ਵੀ ਚੁਸਤ ਹੋ ਗਏ ਸੋਧੇ ਤੇ ਸਾਰਾ ਕੁਛ ਚੁਸਤੀ ਹੈ ਜੀ ਚੁਸਤੀ ਹੈ ਕਬੱਡੀ ਵਾਲਿਆਂ ਨੂੰ ਤੁਸੀਂ ਨਹੀਂ ਜਾਣਦੇ ਆਹ ਵੇਖੋ ਵੈਰੀ ਗੁੱਡ ਵੈਰੀ ਲਓ ਸਾਹਮਣੇ ਕਹਿੰਦੇ ਸਪੀਡੀ ਇਸ ਵੇਲੇ ਖੇਡਦੇ ਮੈਦਾਨ ਦੇ ਵਿੱਚ ਨੌਜਵਾਨ ਕਬੱਡੀ ਪਾਉਣ ਲਈ ਵਧਿਆ ਹੋਇਆ ਤੇ ਪੁਆਇੰਟ ਧਾਵੀ ਦੇਸ਼ੇ ਜਾ ਜੜਿਆ ਵੀ ਜੀ ਰੈਫਰੀ ਨਾਲ ਕਿੰਤੂ ਪ੍ਰੰਤੂ ਨਾ ਕਰੋ ਮੇਰੀ ਬੇਨਤੀ ਹੈ ਰੈਫਰੀ ਦੇ ਨਾਲ ਕਿੰਤੂ ਪ੍ਰੰਤੂ ਨਾ ਕਰੋ ਮੇਰੀ ਪਲੇਅਰ ਵੀਰਾਂ ਨੂੰ ਬੇਨਤੀ ਹੈ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਹੈ ਰੈਫਰੀ ਸਾਹਿਬਾਨ ਨੇ ਫੈਸਲਾ ਕੀਤਾ ਹੈ ਸਾਰੇ ਪਲੇਅਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਬੱਡੀ ਦੇ ਪ੍ਰੇਮੀਆਂ ਦਾ ਧੰਨਵਾਦ ਹੈ ਤੇ ਵੇਖੋ ਉਹ ਜਿਹੜੇ ਜਿਹੜੇ ਕਹਿੰਦੇ ਭਾਈ ਰੂਪਾ ਜਿਹੜੇ ਜਿਹੜੇ ਕਹਿੰਦੇ ਭਾਈ ਰੂਪਾ ਜਿੱਤੇ ਤਾੜੀ ਮਾਰੋ ਯਾਰ ਤੇ ਜਿਹੜੇ ਜਿਹੜੇ ਕਹਿੰਦੇ ਜੰਗੀਆਂ ਜਿੱਤੇ ਉਹ ਮਲਕਾਰਾ ਮਾਰ ਦਿਓ ਤੇ ਜਿਹੜੇ ਜਿਹੜੇ ਕਹਿੰਦੇ ਜਿੱਤੇ ਜਿਹੜੀ ਮਰਜ਼ੀ ਉਹ ਵੀ ਤਾੜੀ ਲਲਕਾਰਾ ਜਿਹੋ ਮਰਜ਼ੀ ਚੱਕ ਲਓ ਕਿਰਨੀ 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 ਕਬੱਡੀ ਪਾ ਰਿਹਾ ਉਧਰਲੇ ਪਾਸੇ ਹੋ ਗਿਆ ਮੁਕਾਬਲਾ ਘਰ ਦਾ ਭੇਤੀ ਲੰਕਾ ਢਾਏ ਇੱਥੇ ਰੱਖ ਪੁਆਇੰਟ ਧਾਵੀ ਦੇ ਹਿੱਸੇ ਹੈ ਪੁਆਇੰਟ ਧਾਵੀ ਦੇ ਹਿੱਸੇ ਹੈ ਮੈਚ ਸਮਾਪਤ ਹੈ ਉਹ ਜੇ ਮੈਚ ਦਾ ਨਜ਼ਾਰਾ ਉਹ ਜੇਕਰ ਮੈਦਾਨ ਸਵਾਦ ਹੈ ਲਲਕਾਰਾ ਮਾਰ ਦੇ ਜਿਉਂਦੇ ਰਹੋ ਜਵਾਨੀਆਂ ਮਾਣੋ ਤੁਹਾਡੇ ਕਰਕੇ ਹੀ ਅਸੀਂ ਹਾਂ ਤੁਹਾਡੇ ਕਰਕੇ ਕਬੱਡੀ ਹੈ ਜੇਕਰ ਤੁਸੀਂ ਦੇਖਣ ਆਉਂਦੇ ਹੋ ਤੁਸੀਂ ਪਿਆਰ ਕਰਦੇ ਹੋ ਕਬੱਡੀ ਨੂੰ ਤਾਂ ਹੀ ਪਲੇਅਰ ਹੈ ਤਾਂ ਹੀ ਕਬੱਡੀ ਹੈ ਤਾਂ ਹੀ ਅਸੀਂ ਹੈ ਦਰਸ਼ਕ ਵੀਰੋ
ਜਿਹੜਾ ਮੈਚ ਹੋਇਆ, ਇੱਕ ਮਿੰਟ ਮੇਰੀ ਬੇਨਤੀ ਹੈ, ਜਿਹੜਾ ਮੈਚ ਹੋਇਆ ਉਹਦੇ ਪੁਆਇੰਟਾਂ ਦਾ ਲੇਖਾ ਜੋਖਾ ਤੁਹਾਨੂੰ ਦੱਸੀਏ ਵੀ ਭਾਈ ਰੂਪੇ ਦੇ ਪੁਆਇੰਟ ਹੈ 12, ਭਾਈ ਰੂਪੇ ਦੇ ਪੁਆਇੰਟ ਹੈ 12 ਤੇ ਜੰਗੀਆਂ ਦੇ ਪੁਆਇੰਟ ਹੈ 12.5 ਅੱਧੇ ਪੁਆਇੰਟ ਤੇ ਜੰਗੀਆਂ ਦੀ ਟੀਮ ਜਿੱਤ ਰਹੀ ਹੈ। ਜੇ ਮੈਚ ਦਾ ਸਵਾਲ ਹੈ ਤਾਰੀ ਦੋਨਾਂ ਟੀਮਾਂ ਦੇ ਨਾਂ ਤੇ ਬਹੁਤ ਬਹੁਤ ਧੰਨਵਾਦ। ਜੋੜੇ ਵਾਸਤੇ ਰਹੋ ਗੁਰਪ੍ਰੀਤ ਜੰਗੀਆਂ ਵਾਲਾ 500 ਰੁਪਇਆ ਦਾ ਸਪੈਸ਼ਲ ਅੱਜ ਚੈਨਲ ਪਰ ਨਾਮ ਆਇਆ ਵਾ ਹੀ ਲੈ ਜੀ ਇੱਥੋਂ ਆ ਕੇ, ਕਿਉਂਕਿ ਚੜਾਉਂਦੇ ਵੀ ਲੋਕ ਹੈ ਤੇ ਲਾਉਂਦੇ ਵੀ ਲੋਕ ਹੈ। ਆ ਬਾਈ ਨੂੰ ਵੀ ਬਾਹਰ ਨੂੰ ਲਿਜਾਣ ਵਾਸਤੇ ਆ ਜਾਓ ਕਮੇਟੀ ਆਵੇ ਲੈ ਆਓ ਵੀ ਲੈ ਆਓ ਜੀ ਦੋਨੋਂ ਟੀਮਾਂ ਆ ਜਾਓ 75 ਕਿਲੋ ਭਾਰ ਦੀਆਂ ਦੋਨੋਂ ਟੀਮਾਂ ਸੈਂਟਰ ਤੇ ਆ ਜਾਓ 75 ਕਿਲੋ ਭਾਰ ਵਰਗ ਦੀਆਂ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਫਾਈਨਲ ਮੈਚ ਜਿਹੜਾ ਮੈਚ ਸਟਾਰਟ ਕਰਵਾ ਦੇ ਮੇਰੀ ਬੇਨਤੀ ਓਪਨ ਦੇ ਫਾਈਨਲ ਵਾਲੀਆਂ ਟੀਮਾਂ ਬਾਈ ਜ਼ਿਆਦਾ ਟਾਈਮ ਨਾ ਲਾਇਓ ਫਿਰ ਯਾਰ ਜਲਦੀ ਨਾ ਆ ਜਾਓ ਭਰਾ ਮੇਰੇ ਟਾਈਮ ਨਾ ਜ਼ਿਆਦਾ ਲਾਇਓ ਦੋਨੋਂ ਟੀਮਾਂ ਜਲਦੀ ਨਾ ਪਹੁੰਚਣਗੀਆਂ। ਗੁਰਮੀਤ ਭੈਣੀ ਬਾਈ ਆ ਤੇ ਅਸ਼ਰਫ ਦਿਆਲਪੁਰਾ ਮਾਈਕ ਦੇ ਉੱਪਰ ਆਉਣਗੇ ਗੁਰਮੀਤ ਭੈਣੀ ਬਾਈ ਆ ਤੇ ਅਸ਼ਰਫ ਦਿਆਲਪੁਰਾ ਗੁਰਪ੍ਰੀਤ ਜੰਗੀਆਂ ਗੁਰਪ੍ਰੀਤ ਜੰਗੀਆਂ ਜਿਵੇਂ ਜਿਹਦੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣ ਦੇ ਜੇ ਲੋਕੀ ਕਹਿੰਦੇ ਛੱਡੀ ਹੈ ਤੇ ਛੱਡੀ ਰਹਿਣ ਦੇ ਗੁਰਪ੍ਰੀਤ ਜੰਗੀਆਂ ਧੰਨਵਾਦ ਹੈ ਤੇ ਪਹਿਲਾ ਕਬੱਡੀ ਦਾ ਟੂਰਨਾਮੈਂਟ ਹੈ 75 ਕਿਲੋ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਇੱਕ ਜਕਾਰਾ ਲਾਉਣਾ ਤੇ ਸਾਰੀ ਸੰਗਤ ਨੇ ਜਕਾਰੇ ਦਾ ਜਵਾਬ ਫਤਿਹ ਦਾ ਜਵਾਬ ਫਤਿਹ ਦੇ ਵਿੱਚ ਦੇਣਾ ਹੈ ਤੇ ਪੂਰੀ ਦੁਨੀਆਂ ਦੇ ਵਿੱਚ ਪਤਾ ਲੱਗਣਾ ਚਾਹੀਦਾ ਵੀ ਦਿਆਲਪੁਰ ਮਿਰਜੇ ਕੇ ਅੱਜ ਟੂਰਨਾਮੈਂਟ ਹੋ ਰਿਹਾ ਹੈ। ਜੋ ਸਿੰਘਾਂ ਦੇ ਲਲਕਾਰੇ ਵੱਜਦੇ ਮੇਰੇ ਪੰਜਾਬੀ ਵੀਰੇ ਤੇ ਹੁਣ ਮਾਈਕ ਤੇ ਅਸ਼ਰਫ ਦਿਆਲਪੁਰਾ ਤੇ ਨਾਲ ਗੁਰਮੀਤ ਭੈਣੀ ਬਾਈਏ ਵਾਲਾ ਗਰਾਊਂਡ ਕਲੀਅਰ ਕਰਵਾ ਦਿਓ ਜੀ ਕਿਰਪਾ ਕਰਕੇ। ਬਹੁਤ ਵਾਰੀ ਬੇਨਤੀ ਕਰਤੀ ਦਰਸ਼ਕ ਵੀਰਾਂ ਨੂੰ ਪਰੇਸ਼ਾਨੀ ਆ ਰਹੀ ਹੈ। ਕਬੱਡੀ ਪਲੇਅਰ ਵਾਸ਼ਿੰਗ ਮਸ਼ੀਨ ਨਾਲ ਮਾਨ ਸਨਮਾਨ ਕੀਤਾ ਜਾਣਾ ਹੈ, ਕਿਰਪਾ ਕਰਕੇ ਆਪਣਾ ਸਨਮਾਨ ਪ੍ਰਾਪਤ ਕਰੇ ਤੇ ਉੱਧਰ ਫਾਈਨਲ ਦੀਆਂ ਟੀਮਾਂ ਨੂੰ ਵੀ ਸਾਡੀ ਬੇਨਤੀ ਹੈ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਲਾਗੇ ਹੋਣਗੀਆਂ। ਅਸ਼ਰਫ ਤੇ ਗੁਰਮੀਤ ਹੈਲੋ ਗੁਰਪ੍ਰੀਤ ਜੰਗੀਆਂ ਬਾਈ ਬਾਰ ਬਾਰ ਤੁਹਾਨੂੰ ਬੇਨਤੀ ਕੀਤੀ ਹੈ ਵੀ ਤੁਹਾਡੇ ਰਿਸ਼ਤੇਦਾਰ ਸਟੇਜ ਤੇ ਖੜੇ ਹੈ ਉਹ ਤੁਹਾਨੂੰ ਮਿਲਣਾ ਵੀ ਚਾਹੁੰਦੇ ਆ, ਥੋੜਾ ਮਾਨ ਤਾਨ ਵੀ ਕਰਨਾ। ਗੁਰਪ੍ਰੀਤ ਜੰਗੀਆਂ ਹੈਲੋ ਹੈਲੋ ਇਹ ਆ ਮੇਰੇ ਵੀਰਿਓ ਕਬੱਡੀ 75 ਕਿਲੋ ਭਾਰ ਦਾ ਫਾਈਨਲ ਮੈਚ ਉਧਰ ਜੂਪਲੇ ਵਾਲੀਆਂ ਪੀਟੀ ਦੀ ਸਾਹ ਹੈ ਤੇ ਕਬੱਡੀ ਮੈਦਾਨ ਦੇ ਵਿੱਚ ਨਾ ਜਾਣ ਗੱਭਰੂ ਕੁਲਦੀਪ ਸਿੰਘ ਕੌਣੀ ਵਾਲੇ ਦੀ ਕਬੱਡੀ ਹੈ ਅਗਲੀ ਕਬੱਡੀ ਮੈਦਾਨ ਦੇ ਵਿੱਚ ਬਾਬਾ ਮਨ ਸਿੰਘ ਦੇ ਪੋਤੇ ਦੀ ਪਈ ਹੈ ਰੁਪਿੰਦਰ ਸਿੰਘ ਦੋਦੇ ਵਾਲਾ ਕਬੱਡੀ ਪਾ ਰਿਹਾ ਜਿਹੜੇ ਪਿੰਡ ਦੇ ਨੇਕੀ ਤੇ ਬੋਟੇ ਨੇ ਕਹਿੰਦੇ ਤਕੜੀ ਕਬੱਡੀ ਖੇਡੀ ਤੇ ਉਸੇ ਪਿੰਡ ਦਾ ਰੁਪਿੰਦਰ ਸਿੰਘ ਬਰਾੜ ਇਹ ਆ ਬਾਬਾ ਗੱਜਣ ਸਿੰਘ ਦਾ ਪੋਤਾ ਲੱਖਾਂ ਸਰਾਣਾ ਵਾਲਾ ਇਹਨਾਂ ਦੋਨਾਂ ਖਿਡਾਰੀਆਂ ਨੇ ਮੋਹਾਲੀ ਜ਼ਿਲ੍ਹੇ ਦੇ ਸਰੰਗਪੁਰ ਦੇ ਕੱਪ ਤੋਂ ਜਿਹੜੇ ਮੋਟਰਸਾਈਕਲ ਦਿੱਤੇ ਹੈ ਤੇ ਅਗਲੀ ਕਬੱਡੀ ਮੈਦਾਨ ਦੇ ਵਿੱਚ ਬਾਬਾ ਗੋਦਾ ਸਿੰਘ ਦਾ ਪੋਤਾ ਕੁਲਦੀਪ ਕੌਣੀ ਵਾਲਾ ਕਲਿਆਣਾ ਵਾਲੇ ਨਿਕਲ ਜਾ ਲਗੋਟੀਆ ਯਾਰ ਕਬੱਡੀ ਪਾਉਂਦਾ ਹੈ ਕਰਦੀ ਭੈਣੀ ਵਾਲਿਆਂ ਦੀ ਗੱਲ ਅਗਲੀ ਕਬੱਡੀ ਮਿਲ ਜਾਂਦੇ ਟੀਮ ਵੱਲੋਂ
ਜਾਂ ਸਾਹਮਣੇ ਚਾਰ ਜਾਫੀ ਭਗਤ ਭਾਈ ਵਾਲਾ ਇੱਕ ਪਾਸੇ ਮੁੰਡਾ ਕਹਿੰਦੇ ਸੁਖਮਣ ਹੈ ਨਾਲ ਕਹਿੰਦੇ ਅਮਨ ਅਤੇ ਨਾਲ ਕਹਿੰਦੇ ਖਰਾਦੀ ਹੈ ਤਰ੍ਹਾਂ ਕਹਿੰਦੇ ਬਦੀ ਤਾਈ ਕਰਦਾ ਹੈ ਪਰ ਕੁਲਵਿੰਦਰ ਬਰਗਾੜੀ ਵਾਲਾ ਦੱਸਦਾ ਹੈ ਵੋਟ ਭਾਈ ਨੇ ਖੱਪ ਤੋੜੀ ਵਾਲਾ ਕੁਲਦੀਪ ਆਪਣੀ ਟੀਮ ਲਈ ਜੋੜਦਾ ਹੈ ਇਹ ਆ ਮੇਰੇ ਵੀਰੇ ਹਰਦੀਪ ਖਾਰੇ ਵਾਲਾ ਸ਼ਕਤੀਮਾਨ ਰਾਮ ਤੇ ਲਕਸ਼ਮਣ ਦੀ ਕਹਿੰਦੇ ਦੁਨੀਆ ਫੈਨ ਹੈ ਬਾਪੂ ਗਾਂਧੀ ਦਾ ਨਾਂ ਚੱਲਿਆ ਲਓ ਕੇਸਰ ਭਾਵੇਂ ਕੈਨੇਡਾ ਦੇ ਵਿੱਚ ਬੈਠਾ ਤੇ ਕਬੱਡੀ ਦੀ ਰਾਜਧਾਨੀ ਉਹ ਖਾਰਾ ਪਿੰਡ ਹੈ ਹਰਦੀਪ ਨੇ ਪੁਆਇੰਟ ਜੋੜੇ ਆਪ ਸਟੂਡੀਓ ਜੀ ਅਮਰੇ ਬਣੀ ਬੜਾ ਮਾਣ ਭੇਜੋ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਹੈ ਫਾਈਨਲ ਮੁਕਾਬਲੇ ਦੀਆਂ ਟੀਮਾਂ ਦੀ ਜਲਦੀ ਤੋਂ ਜਲਦੀ ਟੋਈ ਫੜਨਾ ਜੀ ਹੈਲੋ ਮਹੰਤ ਸੰਤੋਖ ਸਿੰਘ ਜੀ ਬਾਬਾ ਜੀ ਜਦ ਇਹਨੂੰ ਮੈਚ ਦਾ ਆਨੰਦ ਆ ਰਿਹਾ ਨਾ ਟੀਮਾਂ ਨੇ 1100-1100 ਰੁਪਇਆ ਜ਼ਰੂਰ ਬੋਲੋ ਜੀ ਵਰਗੀ ਵਸਤਾ ਬਾਤ ਹੈ ਹੈਲੋ ਖੇਡੋ ਕੋਈ ਨੀ ਪਿਆ ਬੈਠੇ ਜੇ ਕੋਈ ਨੀ ਬਹੁਤ ਜੀ ਬਹੁਤ 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 ਧੰਨਵਾਦ ਹੈ ਚੱਲ ਵੀ ਕਬੱਡੀ ਖੇਡ ਮੈਦਾਨ ਦੇ ਵਿੱਚ ਜਿੱਥੋਂ ਦਾ ਸੰਦੀਪ ਦਾ ਨਾਂ ਖੇਡ ਕਬੱਡੀ ਦੇ ਵਿੱਚ ਵੱਡਾ ਹੈ ਸਿਰਫ ਕਰਤਾ ਗਈ ਗਈ ਕਬੱਡੀ ਦੀ ਗੱਲ ਹੈ ਅਗਲੀ ਕਬੱਡੀ ਖੇਡ ਮੈਦਾਨ ਕਬੱਡੀ ਖੇਡ ਦੇ ਮੈਦਾਨ ਬੰਦ ਕਰ ਦਿਓ ਇੱਧਰ ਬਾਬਾ ਗੋਦਾ ਸਿੰਘ ਦਾ ਪੋਤਾ ਕਬੱਡੀ ਪਾਉਂਦਾ ਕੁਲਦੀਪ ਕੌਣੀ ਵਾਲਾ ਉੱਧਰ ਇੱਕ ਕਬੱਡੀ ਤੇ ਬਾਬਾ ਦਾਨ ਸਿੰਘ ਦਾ ਪੋਤਾ ਇਹ ਆ ਸੁਖਮਨ ਸਿੰਘ ਲੰਡੂ ਤੇ ਦੂਜੀ ਕਮੀ ਤੇ ਕਾਲਧਾਰ ਪਰਿਵਾਰ ਦਾ ਅਮਨਦੀਪ ਖਰਾਜੀ ਉੱਧਰਲੇ ਬੰਨੇ ਲਓ ਸੁਖਮਨ ਸਿੰਘ ਸਿੱਧੂ ਹਰਦੇਵ ਮਾਨਵਰੀਓ ਪੀਤੀ ਦੇ ਲਈ ਤੇ ਫਿਰ ਹਰਦੀਪ ਖਾਰੇ ਵਾਲੇ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜੇ ਚੱਲ ਵੀ ਨੌਜਵਾਨਾਂ ਪਾਗਲੀ ਕਬੱਡੀ ਅੱਜ ਕੀਤਿਆ ਤੇਰੇ ਮੋਢਿਆਂ ਤੇ ਜ਼ਿੰਮੇਵਾਰ ਗਿਆ ਕੁਲਦੀਪ ਸਿੰਘ ਨਾਂ ਉਹਦਾ ਤੇ ਪਿੰਡ ਬੱਦਲੀ ਖੁਰਦ ਵੀ ਟੱਚ ਕਰ ਜਾਸੀਆਂ ਨੂੰ ਯਾਰੋ ਜਾਂਦਾ ਪਰਦਾ ਬੁਰਦ ਵੀ ਤੇ ਲੋਕੀ ਉਹਨੂੰ ਕਹਿਣ ਯਾਰੋ ਕੁਲਦੀਪ ਦਾ ਕੀਤਾ ਹਵਾ ਵੀ ਚੁੱਟੋ ਵਧਰੀ ਦਾ ਕੀਤਾ ਹਵਾ ਵੀ ਚੁੱਟੇ ਯਾਰੋ ਵਧਰੀ ਦਾ ਕੀਤਾ ਉਹਦਾ ਸੁਰਨਾਮੀ ਹੈ ਉੱਧਰ ਭਗਤੇ ਵਾਲੇ ਚੋ ਜਾਸੀ ਕੁੱਕੂ ਸਿੰਘ ਸਰਪੰਚ ਵੱਲੋਂ ਪੀਤੇ ਨੂੰ 100 ਰੁਪਇਆ ਸਪੈਸ਼ਲ ਆਮ ਬਾਬਾ ਸੰਤ ਸੰਤੋਖ ਸਿੰਘ ਜੀ ਵੱਲੋਂ 500 ਰੁਪਇਆ ਪੀਤੇ ਨੂੰ ਸਪੈਸ਼ਲ ਆਮ 100 ਰੁਪਇਆ ਰਾਜੂ ਚਹਿਲ ਵੱਲੋਂ ਲੱਖੇ ਨੂੰ ਪਿੰਡਰ ਸਿੰਘ ਸਿੱਧੂ ਡੀ ਐਸ ਪੀ ਵੱਲੋਂ ਸਾਰੇ ਹੀ ਦਿਆਲਪੁਰ ਮੱਜੀ ਦੀ ਟੀਮ ਨੂੰ 500 ਰੁਪਏ ਦਾ ਵੱਡਾ ਮਾਨ ਸਨਮਾਨ ਇੱਧਰ ਕਬੱਡੀ ਫਿਰ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਕੁਲਦੀਪ ਕੌਣੀ ਵਾਲੇ ਦੀ ਉੱਧਰ ਕੁਲਦੀਪ ਕਲੇਰ ਦੇ ਬਣੀਏ ਟੀਮ ਦੇ ਲਈ 100 ਆਇਆ ਇਹ ਅਕਾਲ ਧਾਰੀਆਂ ਦਾ ਮੁੰਡਾ ਅਮਨਦੀਪ ਖਰਾਜੀ 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 ਖਾਰੇ ਵਾਲੇ ਦੀ ਪੈਂਦੀ ਹੈ ਕੁੱਕੀ ਫਰਾਉਣ ਵੀ ਹੋਇਆ ਬਾਪੂ ਗਾਂਧੀ ਖਾਰੇ ਵਾਲੇ ਨੂੰ ਸੁਪਰ ਸਟਾਰ ਬਣਾਤਾ ਜਿਹਨੇ ਧੰਦੇ ਪੈਰੀ ਹੱਥੇ ਲਾਉਂਦਾ
हेलो यारो मेन मराड़ा का जिगरे वाली मां ही जमदी पत्त मराड़ा का जिगरे वाली मां ही जमदी यारो पत्त मराड़ा का लो उधर कबड्डी हेलो रणवीर जी पेंडी हाँ जी कुकू सरपंच वालों जसवंत सिंह अर्क वालों दयालपुरा हेलो हेलो बाबा संतोख सिंह वालों दयालपुरा टीम नू फाइनल मुकाबले की टीम है यादी के जल्दी चोरी भरना है और पर दिया एक पासे खड़ा दिखता है वेट तारी का 100 रुपया अमर सिंह अर्क वालों के 100 रुपया जगेंद्र सिंह सरपंच वालों दयालपुरा टीम नू हेलो इधर ले बने ये आप मेरे बीरे दूध क्या कारण बांधे किरी कबड्डी का आदर्श लो मैदान दे बीचे कबड्डी बांधा है उधर ले बने ये माता रमनजीत कौर का पोत वादा गजन सदा पोता लखा लखा कहते रुपिंदर ते लखीरी यारी दे चर्चे है ओ वाओ समा बीते है ते याखी रे सिरे बीते शेर एक पालना बहुत औखा होता पर सरदार राज सिंह ने पाले तो शेर बोलो जाफी 100 रुपया के शेर एक पालना बहुत औखा होता पर सरदार राज सिंह ने पाले तो शेर लोको माता जगीर कर लो जन्म दो पुत्रां नू ते दोवे बन गए कबड्डी दा सुपरस्टार लोको प्यार दे नाल सी ना सुदीप ते अमनदीप रखे जिन्होंने दोता पिंड दिता हुण पूरी दुनिया दे विच रशना लोको सत्ता विच खड़े लोकी गल्लां करदे लोको ਤਾਂ ਇਹ ਤਾਂ ਲੈ ਬੰਨੇ ਇਹ ਆ ਮੇਰੇ ਵੀਰੇ ਖਾਰੇ ਵਾਲਾ ਬਰਾੜ ਜੱਟ ਹਰਦੀਪ ਸਿੰਘ ਲਾ ਬਾਤ ਤਕੜਾ ਪੁਆਇੰਟ ਆਪਣੀ ਪਾਲੇ ਸੇ ਵਿੱਚ ਰਾਜਾ ਸਿੰਘ ਪਾਲੇ ਰਾਜੇ ਵੱਲੋਂ 100 ਰੁਪਿਆ ਹਰਦੀਪ ਨੂੰ ਮਨਦੀਪ ਸਿੰਘ ਵੱਲੋਂ 100 ਰੁਪਿਆ ਭੋਲੇ ਨੂੰ ਮਨਦੀਪ ਸਿੰਘ ਭੋਲਾ ਸਿੰਘ ਵੱਲੋਂ ਮਨਦੀਪ ਨੂੰ ਹਲੋ ਉਧਰ ਓਪਨ ਦੇ ਫਾਈਨਲ ਦੀਆਂ ਟੀਮਾਂ ਜਿਹੜੀਆਂ ਵੇਟ ਗਰਾਊਂਡ ਦੇ ਵਿੱਚ ਪੁੱਜੀਆਂ ਨੇ बिना किसी देरी ते कबड्डी यह चढ़ती ब्रेश का कारण भीर कप्पी पाउण के लिए बढ़िया होया कि सारे कहते यार यार परमात्मा सिद्धू जो ना कदे पंजाबीयत भुलता है निगर शरीर ते नरम सुभाव पखो उहदे मुख तो नूर पिया दुलदा गुरचरण हालदार गुरचरण हालदार खेमो वाला केंद्रीय जेल बठिंडे के मुलाजम पुजे 100 रुपए पिता जी वालों 500 रुपया स्पेशल कर लो 100 रुपया गॉड टेंट हाउस कल्याण और वालों कर लो कबड्डी खिलाड़ी का बड़ा मान सम्मान वाशिंग मशीन के नाल साडी प्रबंधक कमेटी वालों किया जाना है कृपा करके तो करवा लीए पिता जी पिता जी अपना नाम अपना एंट्री काउंटर करीम सिंह जी अपनी सौ बात धन्यवाद है साडा प्यारा वीर है होगी और हेलो ਦਲਬਾਗ ਬਰਾੜ ਜੀ ਗੱਜਣ ਵਾਲਾ 100 ਫੇਰ ਗਰਾਊਂਡ ਦੇ ਵਿੱਚ ਪੁੱਜਣ ਦਲਬਾਗ ਬਰਾੜ ਜੀ ਗੱਜਣ ਵਾਲਾ ਕਬੱਡੀ ਦੇ ਮਹਾਨ ਬੁਲਾਰੇ ਉਹਨੀ ਖੇਡ ਮੈਦਾਨ ਚ ਆ ਜਾਣਾ ਹਾਂਜੀ ਦਵਿੰਦਰ ਕਬੱਡੀ ਸਾਡਾ ਵੀਰ ਜ਼ਿੰਦਗੀ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਧਾਰੀਵਾਲ ਵੱਲੋਂ 100 ਰੁਪਿਆ ਕੱਲ ਨੂੰ ਕਲੱਬ ਮੈਂਬਰ ਸਾਡਾ ਸਾਰੇ ਹੈਰੀ 100 ਆਜਾਂ ਜੀ ਸਾਰੀ ਸਾਡੀ ਪ੍ਰਬੰਧਕ ਕਮੇਟੀ ਅਜੇ ਆਪਾਂ ਪੀਤੇ ਦਾ ਸਨਮਾਨ ਕਰ ਰਹੇ ਵਾਸ਼ਿੰਗ ਮਸ਼ੀਨ ਦੇ ਨਾਲ ਕਬੱਡੀ ਵਰਲੀ ਕਬੱਡੀ ਦਾ ਸਟਾਰ ਅਸ਼ਰਫ ਖਾਨ ਦਾ ਸੋਨੇ ਦੀ ਮੋਦੀ ਦੇ ਨਾਲ ਬੜਾ ਮਾਨ ਸਨਮਾਨ ਕੀਤਾ ਜਾਣਾ ਹੈ ਸਾਡੇ ਪ੍ਰਧਾਨ ਸਾਹਿਬ ਜੀ ਵੱਲੋਂ ਇੱਕ ਕਬੱਡੀ ਦੇ ਖਿਡਾਰੀ ਦਾ ਇੱਕ ਕਬੱਡੀ ਦਾ ਬੁਲਾਰਾ ਇਸ ਨਗਰ ਦਾ ਜੀ ਨੇ ਮਾਨ ਇਸ ਨਗਰ ਦਾ ਪੂਰੇ ਵਰਡ ਦੇ ਵਿੱਚ ਫੋਰਸ ਕੀਤਾ ਹੈ ਦੋਨੋਂ ਖਿਡਾਰੀਆਂ ਨੂੰ
ਇੱਕ ਨੂੰ ਬੁਲਾ ਰਹੇ ਨੇ, ਆਪਾਂ ਮੁਬਾਰਕਾਂ ਦਿੰਦੇ ਹਾਂ, ਟੀਚੇ ਦਾ ਸਨਮਾਨ ਕਰੋ ਜੀ। ਸਾਰੇ ਨਗਰ ਵਾਸੀ ਵਧੀਆ ਨੇ, ਨਾਲ ਇੱਕ ਫੋਟੋ ਖਿਚਾਓ। ਪਹੁੰਚਾ ਭਾਈ ਤੇ ਜੋਗੀ ਹੋਣਾ ਜਲਦੀ ਤੋਂ ਜਲਦੀ ਗ੍ਰਾਂਟ ਬਦਲ ਦੀ ਕਿਰਪਾਲ ਦਾ ਕਰੋ ਜੀ। ਪਹੁੰਚਾ ਭਾਈ ਤੇ ਜੋਗੀ ਹੋਣਾ ਉੱਧਰ ਵੱਡਾ ਮਾਨ ਸਨਮਾਨ ਵਰਲਡ ਕਬੱਡੀ ਦਾ ਸਟਾਰ ਇਸ ਨਗਰ ਦਾ, ਪੀਤਾ ਦਿਆਲਪੁਰੇ ਵਾਲੇ ਦਾ ਵਿਸ਼ੇ ਤੌਰ ਤੇ ਬੜਾ ਮਾਣ ਸਨਮਾਨ ਵਾਸ਼ਿੰਗ ਮਸ਼ੀਨ ਦੇ ਨਾਲ ਕੀਤਾ ਜਾ ਰਿਹਾ ਹੈ। ਸਾਡੀ ਪ੍ਰਬੰਧਕ ਕਮੇਟੀ ਵੱਲੋਂ ਆਜ ਜੂਥ ਵਾਲਾ ਸਪੋਰਟਸ ਕਲੱਬ ਲੋ ਜੀ। ਹਾਂਜੀ, ਉੱਧਰ ਸਾਡੇ 365 ਔਰਤਾਂ ਵਾਲੇ ਹੈਪੀ ਸਿੱਧੂ ਜੀ, ਉਹਨਾਂ ਦੇ ਨਿੱਜੀ ਰਿਸ਼ਤੇਦਾਰ ਇੰਦਰਜੀਤ ਸਿੰਘ ਆਲੂ ਤੇ ਸੁੱਖੀ ਸੀਮਾ, ਉਹ ਵੀ 365 ਤੇ ਬੈਠੇ ਆ। ਇੱਧਰ ਬਰਾੜ ਬਾਬਾ ਢਾਬੇ ਵਾਲਾ ਸੁੰਦਰ ਜੀ, ਉਹਨਾਂ ਨੇ ਜਿਹੜੀ ਪੀਤਾ ਦਿਆਲਪੁਰਾ ਖਰਾਜੀ ਕਲਿਆਣ ਤੇ ਸੁੱਖਾ ਦਿਆਲਪੁਰਾ, ਇਹਨਾਂ ਨੂੰ ਵੀ ਸਨਮਾਨ ਕੀਤਾ ਜਾਣਾ ਹੈ, ਉਹ ਆਪਣਾ ਸਨਮਾਨ ਲੈ ਲੈਣ। ਦਲਵਾਗ ਬਰਾੜ ਜੀ ਗੱਜਣ ਵਾਲਾ, ਹਾਂਜੀ ਬਹੁਤ ਵਧੀਆ ਆਨੰਦ ਆ ਰਿਹਾ ਹੈ ਕਿ ਪਿੰਡ ਦਾ ਖਿਡਾਰੀ ਪਿੰਡ ਦਾ ਸਨਮਾਨ ਪ੍ਰਾਪਤ ਕਰ ਰਿਹਾ ਹੈ। ਦਲਵਾਗ ਬਰਾੜ ਜੀ ਗੱਜਣ ਵਾਲਾ ਗਰਾਊਂਡ ਦੇ ਵਿੱਚ, ਦਲਵਾਗ ਬਰਾੜ ਜੀ ਗੱਜਣ ਵਾਲਾ, ਕੇਬਲ ਵਾਲੇ ਫੇਰ ਨੂੰ ਬੇਨਤੀ ਹੈ ਕਿ ਬਾਜ ਨਹੀਂ ਆ ਰਹੀ ਜੀ, ਫੋਨ ਆ ਰਹੇ ਨੇ, ਕਿਰਪਾ ਕਰਕੇ ਚੈੱਕ ਕਰ ਲੈਣ ਜੀ। ਉਧਰ ਸਾਡਾ ਇਹ ਥੋੜਾ ਕਬੱਡੀ ਖਿਡਾਰੀ ਸਾਡੇ ਨਾਲ ਜੁੜਿਆ, ਕਬੱਡੀ 365.com ਤੇ ਕਬੱਡੀ ਖਿਡਾਰੀ ਤੇ ਕਾਲਾ, ਉਹ ਵੀ ਗਰਾਊਂਡ ਦੇ ਵਿੱਚ ਆ ਜਾਣੇ। ਇੰਦਰ ਕਬੱਡੀ ਖਿਡਾਰੀ ਤੇ ਕਾਲਾ ਕਬੱਡੀ ਖਿਡਾਰੀ, ਹੈਲੋ ਹੈਲੋ, ਦਿਆਲਪੁਰਾ ਕਰਨ ਤੇ ਪੀਤਾ ਦੋਨੇ ਇੱਥੇ ਰਹਿਣ, ਕਿਉਂਕਿ ਕੁਝ ਬੰਦੇ ਹੋਰ ਵੀ ਮਾਨ ਸਨਮਾਨ ਕਰਨਾ ਚਾਹੁੰਦੇ ਆ, ਕਰਨ ਦੇ ਪੀਤਾ ਇੱਥੇ ਰਹਿਣ। ਇੱਕ ਜੋ ਜਾਦ ਤੇ ਨੀਟਾ, ਉਹ ਕਹਿੰਦੇ ਸੀ 500 ਰੁਪਇਆ ਪਿੰਡ ਦੀ ਦਿਆਲਪੁਰੇ ਮੱਦੇ ਟੀਮ ਨੂੰ ਘੱਲਿਆ, ਸਾਡਾ ਬੋਲਿਆ ਨੀ ਜਾ ਤੇ ਨੀਟਾ ਉਧਰ ਆਇਆ ਹੋ ਮੇਰੇ ਕੋਲ, ਆਏ ਚੱਲ ਬੋਲ ਦੇਣਾ ਸਾਡੇ ਵੀਰ। ਹਾਂਜੀ, ਜਾਤ ਤੇ ਨੀਟੇ ਵੱਲੋਂ 500 ਰੁਪਇਆ ਦਿਆਲਪੁਰੇ ਦੀ ਟੀਮ ਨੂੰ ਸਪੈਸ਼ਲ ਨਾਮਾ ਹੈ ਜਾਤ ਤੇ ਨੀਟਾ। ਕੇਵਲ ਵਾਲੇ ਵੀਰ ਨੂੰ ਵੇਖੀ ਹੈ, ਕਿਰਪਾ ਕਰਕੇ ਰਾਜ ਨਹੀਂ ਜਾ ਰਹੀ, ਉਹ ਚੈੱਕ ਕਰ ਲਵੇ। ਬਹੁਤ ਬਹੁਤ ਧੰਨਵਾਦ ਹੈ ਕੇਵਲ ਵਾਲੇ ਵੀਰਾਂ ਦਾ, ਕਬੱਡੀ 365.com ਦੀ ਸਾਰੀ ਟੀਮ ਦਾ। ਹੈਲੋ, ਇੰਦਰ ਕਬੱਡੀ ਖਿਡਾਰੀ ਤੇ ਕਾਲਾ ਜੀ, ਇੰਦਰ ਕਬੱਡੀ ਪਲੇਅਰ ਤੇ ਨਾਲ ਕਾਲਾ ਸਾਡਾ ਭਾਈ। ਹਾਂਜੀ, ਰਾਜੂ ਚਹਿਲ ਵੱਲੋਂ ਬਹੁਤ ਸਾਰਾ ਇਨਾਮ ਪੀਤੇ ਨੂੰ ਬਾਰ ਬਾਰ ਭੇਜਿਆ ਗਿਆ, ਬਹੁਤ ਬਹੁਤ ਧੰਨਵਾਦ। ਬਾਕੀ ਇਹ ਵਿਸ਼ੇਸ਼ ਸਨਮਾਨ ਬਾਬਾ ਜੀ ਢਾਬੇ ਵਾਲੇ ਵੱਲੋਂ ਹੋ ਰਿਹਾ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਕਿਉਂਕਿ ਖਿਡਾਰੀਆਂ ਦਾ ਉਤਸ਼ਾਹ ਇਸ ਤਰ੍ਹਾਂ ਹੀ ਹੁੰਦਾ ਹੈ। ਇੰਦਰ ਸਿੱਧੂ, ਮੇਰੀ ਬੇਨਤੀ ਹੈ ਇੰਦਰ ਸਿੱਧੂ, ਕਿਰਪਾ ਕਰਕੇ ਸਾਡਾ ਬਾਈ ਆਵੇ ਗਰਾਊਂਡ ਵਿੱਚ। ਇੰਦਰ ਕਬੱਡੀ ਪਲੇਅਰ ਤੇ ਕਾਲਾ ਸਰਾਂ, ਹੈਲੋ ਹੈਲੋ, ਰਾਜੂ ਚਹਿਲ ਬਹੁਤ ਸਾਰਾ ਇਨਾਮ ਭੇਜ ਗਏ ਪੀਤੇ ਚਹਿਲ ਵਾਸਤੇ। ਇੰਦਰ ਸਿੱਧੂ ਤੇ ਕਾਲਾ ਸਰਾਂ ਜੀ, ਅਸ਼ਰਫ ਖਾਨ ਦਾ ਸੋਨੇ ਦੀ ਮੁੰਦੀ ਦੇ ਨਾਲ ਸਾਡੇ ਪ੍ਰਧਾਨ ਸਾਹਿਬ ਜੀ ਵੱਲੋਂ, ਸੁਖਦੇਵ ਸਿੰਘ ਜੀ ਵੱਲੋਂ ਵੱਡਾ ਮਾਣ। ਸੁਖਦੇਵ ਸਿੰਘ ਪ੍ਰਧਾਨ ਹੈ ਸਾਡੇ ਇਸ ਸਪੋਰਟਸ ਕਲੱਬ ਦਾ, ਸਾਡਾ ਵੀਰ। ਹਾਂਜੀ, ਅਗਲੇ ਮੈਚ ਵਾਸਤੇ ਟੀਮਾਂ ਜਲਦੀ ਪਹੁੰਚਣ ਫਾਈਨਲ ਵਾਸਤੇ। ਪੀਤਾ ਸਾਡਾ ਕਬੱਡੀ ਪਲੇਅਰ ਆਵੇ ਤੇ ਨਾਲ ਰਾਣਾ, ਰਾਣਾ ਸਿੱਧੂ, ਰਾਣਾ ਸਿੱਧੂ ਜੀ ਕਬੱਡੀ 365। ਉਧਰ ਜੰਗੀ ਆਣਾ ਤੇ ਭਗਤਾ ਭਾਈ, ਜਲਦੀ ਤੋਂ ਜਲਦੀ ਟੀਮਾਂ ਗਰਾਊਂਡ 'ਚ ਬਦਲ ਜੀ। ਜੰਗੀ ਆਣਾ ਤੇ ਭਗਤਾ ਭਾਈ, ਹੈਲੋ, ਪਹਿਲੇ ਕਬੱਡੀ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਜਾਣਾ। ਪੀਤੇ ਦੇ ਮਾਸੜ ਮੌੜਾਂ ਵਾਲੇ 100 ਰੁਪਇਆ ਸਪੈਸ਼ਲ ਨਾਮ ਭੇਜਦਿਆ, ਪੀਤੇ ਦੇ ਮਾਸੜ ਮੌੜਾਂ ਵਾਲੇ। ਉੱਧਰ ਵੱਡਾ ਧੰਨਵਾਦ ਹੈ ਬਾਬਾ
ਮਾਲੇ ਵਾਲੇ ਭਾਈ ਕਨਈਆ ਜੀ ਦੀ ਸੇਵਾ ਕਰ ਰਹੇ ਹੈ ਲੰਗਿਆਂ ਨੇ ਤੇ ਮਾਲੇ ਵਾਲੇ ਵਾਲੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਹਾਂਜੀ ਮਾਨ ਸਨਮਾਨ ਲਗਭਗ ਹੋ ਗਿਆ ਦਰਸ਼ਕਾਂ ਦੀਆਂ ਉਮੀਦਾਂ ਫਾਈਨਲ ਮੈਚ ਹੈ ਫਾਈਨਲ ਮੈਚ ਦੇ ਖਿਡਾਰੀ ਪਹੁੰਚ ਚੁੱਕੇ ਹੈ ਚੰਦ ਹੀ ਮਿੰਟਾਂ ਦੇ ਵਿੱਚ ਫਾਈਨਲ ਮੈਚ ਸ਼ੁਰੂ ਹੋਣ ਵਾਲਾ ਹੈ ਚੰਦ ਹੀ ਮਿੰਟਾਂ ਦੇ ਵਿੱਚ ਸਬਰ ਰੱਖੋ ਬਸ ਬਾਹਰ ਟਾਈਮ ਨਹੀਂ ਵਿਸਲ ਵੱਜੀ ਕੇ ਵੱਜੀ ਵੱਜੀ ਕੇ ਵੱਜੀ ਇੰਦਰ ਸਿੱਧੂ ਸਾਡਾ ਕਬੱਡੀ ਪਲੇਅਰ ਇੰਦਰ ਮੇਰੀ ਬੇਨਤੀ ਹੈ ਨਾਲ ਸਾਡੇ ਮਿਹਰਬਾਨ ਸਪੋਰਟਸ ਕਲੱਬ ਵਾਲੇ ਵੀਰ ਜੀ ਕਿਰਪਾ ਕਰਕੇ ਵੀ ਆਉਣਗੇ ਮਿਹਰਬਾਨ ਸਪੋਰਟਸ ਮਿਹਰਬਾਨ ਸਪੋਰਟਸ ਕਲੱਬ ਵਾਲੇ ਸਾਰੇ ਭਰਾਵਾਂ ਨੂੰ ਸਾਡੀ ਬੇਨਤੀ ਹੈ ਆ ਜਾਓ ਮੇਰੇ ਬਾਈਰ ਮਿਹਰਬਾਨ ਸਪੋਰਟਸ ਕਲੱਬ ਵਾਲੇ ਬਾਈ ਜਿਹੜੀ ਐਂਟਰੀ ਗੇਟ ਦੇ ਵਿੱਚ ਸੀ ਤੁਸੀਂ ਨਾਲ ਹੀ ਬੇਨਤੀ ਹੈ ਜੀ ਫਾਈਨਲ ਦੀਆਂ ਟੀਮਾਂ ਭਗਤ ਆ ਗਈ ਹੈ ਜੰਗੀ ਵਾਲਾ ਗੁਰਪ੍ਰੀਤ ਆ ਜਾਓ ਭਗਵਾਨ ਜੀ ਜਲਦੀ ਦੇ ਨਾਲ ਦੇਖ ਲਾ ਵੀ ਜੋ ਕੁਛ ਹੈ ਇਹਨੂੰ ਦੋਨੋਂ ਥੱਲੇ ਪੜਾ ਇੰਦਰ ਸਾਡਾ ਕਬੱਡੀ ਪਲੇਅਰ ਤੇ ਕਾਲਾ ਸਰਾਂ ਇਹਨਾਂ ਵੀਰਾਂ ਵੱਲੋਂ ਅਸ਼ਰਫ ਦਿਆਲਪੁਰਾ ਤੁਹਾਡੇ ਇਸ ਨਗਰ ਦਾ ਬੱਚਾ ਹੈ ਜਿਸ ਨੇ ਕਬੱਡੀ ਦੇ ਸੋਹਣੇ ਬੋਲ ਬੋਲੇ ਹੈ ਇਸ ਨਗਰ ਦਾ ਨਾਂ ਜਿਹੜਾ ਹੈ ਉਹ ਦੁਨੀਆਂ ਭਰ ਦੇ ਵਿੱਚ ਰੋਸ਼ਨ ਆਇਆ ਤੇ ਨਾਲ ਮੇਰੀ ਬੇਨਤੀ ਹੈ ਮਿਹਰਬਾਨ ਸਪੋਰਟਸ ਕਲੱਬ ਵਾਲੇ ਸਾਰੇ ਸਾਡੇ ਭਰਾ ਉਹ ਸਹਿਯੋਗ ਦੇਣਗੇ ਇਸ ਸਨਮਾਨ ਦੇ ਵਿੱਚ ਜੰਗੀਆਣਾ ਮੇਰੀ ਬੇਨਤੀ ਹੈ ਜੰਗੀਆਣੇ ਦੀ ਟੀਮ ਦੇ ਪਲੇਅਰ ਜਲਦੀ ਨਾਲ ਆਉਣਗੇ ਹਾਂਜੀ ਫਾਈਨਲ ਦੀਆਂ ਦੋਨੋਂ ਟੀਮਾਂ ਜਲਦੀ ਜਲਦੀ ਗਰਾਊਂਡ ਵਿੱਚ ਪਹੁੰਚ ਜਾਣ ਦਰਸ਼ਕ ਬਹੁਤ ਉਤਾਵਲੇ ਹੈ